ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਫ੍ਰੀ ਸੇਵਾ ਲੰਗਰ ਕਮੇਟੀ ਗੁਰਦੁਆਰਾ ਬੇਰੀ ਸਾਹਿਬ ਪਾਤਸ਼ਾਹੀ ਸੱਤਵੀਂ ਪਿੰਡ ਝੁਨੇਰ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੰਧੌੜ ਜਗਤਾਰ ਸਿੰਘ ਜੱਗੀ ਦੀ ਅਗਵਾਈ 'ਚ ਹਰ ਸੋਮਵਾਰ ਨੂੰ ਦੁਪਹਿਰ ਦਾ ਖਾਣਾ ਮਰੀਜ਼ਾਂ ਦੇ ਵਾਰਸਾਂ ਅਤੇ ਹੋਰ ਜ਼ਰੂਰਤਮੰਦਾਂ ਲਈ ਸ਼ੁਰੂ ਕੀਤਾ ਗਿਆ, ਜਿਸ ਦਾ ਉਦਘਾਟਨ ਹਸਪਤਾਲ ਦੇ SMO ਡਾਕਟਰ ਕਰਮਜੀਤ ਸਿੰਘ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਉਹਨਾਂ ਆਖਿਆ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਅਤੇ ਉਹਨਾਂ ਨੂੰ ਖੁਸ਼ੀ ਹੈ ਤੇ ਆਸ ਕਰਦੇ ਨੇ ਕਿ ਉਕਤ ਸੰਸਥਾ ਵੱਲੋਂ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ, ਜਦੋਂ ਕਿ ਚੇਅਰਮੈਨ ਜੱਸੀ ਨੇ ਦੱਸਿਆ ਹੈ ਕਿ ਉਕਤ ਮੁਹਿੰਮ ਦੀ ਸ਼ੁਰੂਆਤ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹੋ ਸਕੀ ਹੈ ਅਤੇ ਉਹ ਉਮੀਦ ਕਰਦੇ ਨੇ ਕਿ ਇਸ ਮੁਹਿੰਮ ਨੂੰ ਭਵਿੱਖ ਵਿੱਚ ਹੋਰ ਵੀ ਬਿਹਤਰ ਬਣਾਇਆ ਜਾਵੇਗਾ। ਇਸ ਮੌਕੇ ਕਰੀਬ 250-300 ਲੋਕਾਂ ਨੂੰ ਖਾਣਾ ਖਵਾਇਆ ਗਿਆ। ਆਜ਼ਾਦ TV ਨਿਊਜ਼ ਦੇ ਲਈ ਮਲੇਰਕੋਟਲਾ ਤੋਂ ਮੁਹੰਮਦ ਕਾਜ਼ਮ ਦੇ ਨਾਲ ਸ਼ਾਹਿਦ ਜ਼ੁਬੈਰੀ ਦੀ ਰਿਪੋਰਟ। ਕਿਉਂਕਿ ਇਹਨਾਂ ਦਾ ਸਾਰੀ ਕਮੇਟੀ ਦਾ ਮੈਨੂੰ ਮਿਲੇ ਸੀਗੇ, ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਹਸਪਤਾਲ ਦੇ ਵਿੱਚ ਜਿਹੜੇ ਗਰੀਬ ਗੁਰਬੇ ਲੋਕ ਆਉਂਦੇ ਆ ਵਿਚਾਰੇ ਪਿੰਡਾਂ ਵਾਲੇ ਆਪਣੇ ਪੇਸ਼ੈਂਟਸ ਦੀ ਕੇਅਰ ਦੇ ਲਈ ਆਉਂਦੇ ਆ ਅਤੇ ਉਹਨਾਂ ਦੇ ਖਾਣੇ ਦਾ ਇਹਨਾਂ ਨੇ ਬਹੁਤ ਖਾਸ ਪ੍ਰਬੰਧ ਕੀਤਾ। ਪਰ ਮੈਂ ਪਿੱਛੇ ਜਦੋਂ ਜੁਆਇਨ ਕੀਤਾ ਸੀ ਇੱਕ ਦਿਨ ਮੈਨੂੰ ਪਤਾ ਨਹੀਂ ਸੀ, ਥੋੜ੍ਹੀਆਂ ਜਿਹੀਆਂ ਉਣਤਾਈਆਂ ਸੀਗੀਆਂ ਉਹਨਾਂ ਬਾਰੇ ਇਹਨਾਂ ਨੂੰ ਮੈਂ ਜਾਣੂ ਕਰਵਾਇਆ ਸੀ ਕਿ ਇੱਕ ਪ੍ਰੋਪਰ ਵੇ ਦੇ ਨਾਲ ਆਪਾਂ ਲੋਕਾਂ ਦੀ ਗਰੀਬ ਲੋਕਾਂ ਦੀ ਸੇਵਾ ਕਰਨੀ ਹੈ ਅਤੇ ਉਹਦੇ ਵਿੱਚ ਇਹਨਾਂ ਨੇ ਮੈਨੂੰ ਰਿਟਰਨ ਰਿਕੁਐਸਟ ਵੀ ਦਿੱਤੀ ਸੀ। ਮੈਂ ਉਹਨਾਂ ਨੂੰ ਕੰਡੀਸ਼ਨ ਵੀ ਦੱਸੀਆਂ ਸੀਗੀਆਂ ਵੀ ਜਿਸ ਤਰ੍ਹਾਂ ਆਪਾਂ ਲੰਗਰ ਦੀ ਮਰਿਆਦਾ ਗੁਰੂ ਸਾਹਿਬ ਦੀ ਮਰਿਆਦਾ ਦੇ ਮੁਤਾਬਕ ਹੀ ਲੰਗਰ ਦੇ ਵਿੱਚ ਆਪਾਂ ਸੇਵਾ ਕਰਨੀ ਆ ਅਤੇ ਮੈਂ ਇਹਨਾਂ ਤੋਂ ਬਹੁਤ ਆਸ ਰੱਖਦਾ ਵੀ ਇਸੇ ਤਰ੍ਹਾਂ ਹੀ ਇਹ ਭਵਿੱਖ ਵਿੱਚ ਸੇਵਾ ਕਰਦੇ ਰਹਿਣਗੇ। ਹਾਂਜੀ, ਪਿੰਡ ਵਾਸੀਆਂ ਦਾ ਸਹਿਯੋਗ ਹੈ ਜੋ ਵੀ ਕੁਝ ਅਸੀਂ ਸਾਰੇ ਨਗਰ ਝੁਨੇਰ ਦੀ ਸਮੂਹ ਸੰਗਤ ਦਾ ਮਾਈਆਂ ਦਾ ਜਿਹੜੀਆਂ ਪ੍ਰਸ਼ਾਦਾ ਬਣਾ ਕੇ ਸਾਡੇ ਇੱਥੇ ਸਾਨੂੰ ਸਹਿਯੋਗ ਦੇ ਕੇ ਗੁਰਦੁਆਰਾ ਸਾਹਿਬ ਤੋਂ ਅਸੀਂ ਇੱਥੇ ਹਰ ਸੋਮਵਾਰ ਲੈ ਕੇ ਆਉਂਦੇ ਹਾਂ ਅਤੇ ਸਾਡੇ SMO ਸਾਹਿਬ ਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾ ਹੈ। ਸਾਨੂੰ ਪੂਰੀ ਆਸ ਹੈ ਕਿ ਇਹ ਸਾਡਾ ਜਿਹੜਾ ਪ੍ਰੋਗਰਾਮ ਅਸੀਂ ਲਿਖਿਆ ਸਦਾ ਲਈ ਇਹ ਚੱਲਦਾ ਰਹੇਗਾ ਅਤੇ ਸੰਗਤ ਦਾ ਸਹਿਯੋਗ ਸਾਨੂੰ ਮਿਲਦਾ ਰਹੇਗਾ। ਅਸੀਂ